ਬਸਤੀ ਬਾਵਾ ਖੇਤ ਦੇ ਤਹਿਤ ਪੈਂਦੇ ਨਾਖਾਂ ਵਾਲੇ ਬਾਗ ਦੇ ਨਜ਼ਦੀਕ ਇੱਕ ਘਰੋਂ ਚਿਕਨ ਲੈਣ ਲਈ ਨਿਕਲਿਆ ਪੁਲਿਸ ਮੁਲਾਜ਼ਮ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਨੰਬਰ 5 ਦੇ ਏਸੀਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਕੁੜੀ ਦਾ ਆਰੋਪ ਹੈ ਕਿ ਉਸਦੇ ਪਿਤਾ ਦੀ ਹੱਤਿਆ ਉਸਦੇ ਪਤੀ ਨੇ ਕੀਤੀ ਹੈ। ਦੱਸ ਦਈਏ ਕਿ ਮ੍ਰਿਤਕ ਦੀ ਕੁੜੀ ਦਾ ਵਿਆਹ ਕੁਝ ਸਮੇਂ ਪਹਿਲਾਂ ਰਵੀ ਨਾਮ ਦੇ ਵਿਅਕਤੀ ਨਾਲ ਹੋਇਆ ਸੀ ਅਤੇ ਉਸਦਾ ਘਰਵਾਲਾ ਉਸਦੇ ਨਾਲ ਮਾਰਕੁੱਟ ਕਰਦਾ ਹੁੰਦਾ ਸੀ। ਪਿਤਾ ਨੇ ਕਈ ਵਾਰ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਨਹੀਂ ਮੰਨੇ ਅਤੇ ਅੱਜ ਗੁੱਸੇ ਵਿੱਚ ਉਸਨੇ ਆਪਣੇ ਸਹੁਰੇ ਦਾ ਕਤਲ ਕਰ ਦਿੱਤਾ। ਮਾਮਲਾ ਕੀ ਹੈ? ਉਹਨੇ ਕੰਟਰੋਲ ਤੋਂ ਮੈਸੇਜ ਆਇਆ ਸੀਗਾ ਕਿ ਇੱਥੇ ਇੱਥੇ ਬੰਦੇ ਚਾਕੂ ਮਾਰ ਦਿੱਤਾ ਹੈ। ਮੌਕੇ 'ਤੇ ਪੁੱਛੀ ਪਤਾ ਲੱਗਾ ਜਿਹੜਾ ਮਰਨ ਵਾਲਾ ਆ ਘਰ ਵਾਲਾ ਨੇ ਹੋਮਗਾਰਡ ਲੱਗਾ ਹੋਮਗਾਰਡ 'ਤੇ ਇਹ ਆਪਣੇ ਗਰਜ ਨਾਲ ਪਤਾ ਚੱਲਦਾ ਸੀ ਕੁੜੀ ਨੂੰ ਉਹ ਕੁੱਟਦਾ ਸੀ ਕੁੱਟ ਕੇ ਚੱਲਦਾ ਸੀਗਾ। ਉਹਨੇ ਜੋ ਲੋਕਾਂ ਨੇ ਦੇਖਿਆ ਕਿਸੇ ਨੇ ਦੱਸਿਆ ਪਤਾ ਲੱਗਿਆ ਜਿਹੜਾ ਚਾਕੂ ਮਾਰ ਦਿੱਤਾ ਇੱਥੇ ਵਿੱਚ ਸਿਰ ਦੇ ਉੱਤੇ ਸਾਰਾ। ਹਾਂਜੀ ਹਾਂਜੀ ਰੋਡ ਦੇ ਉੱਤੇ ਰੋਡ ਦੇ ਉੱਤੇ ਇੱਕ ਟੋਆ ਤੇ ਆ ਰਿਹਾ ਸੀ। ਇਹ ਪਛਾਣ ਕੀ ਹੋਈ ਇਹਦੀ? ਨਾਮ ਕੀ ਇਹਦਾ? ਇਹਦਾ ਨਾਮ ਘਰ ਰਾਮ ਹੈ। ਘਰ ਬਾਬਾ ਘਰ ਰਾਮ ਬਾਬਾ ਘਰ ਰਾਮ ਬਾਬਾ ਕਿੱਥੇ ਰਹਿੰਦਾ? ਮਹੱਲਾ ਸ਼ਿਵਨਗਰ। ਮਹੱਲਾ ਸ਼ਿਵਨਗਰ ਤੇ ਜੋਏ ਦਾ ਨਾਮ ਜਿੰਨੇ ਮਾਰਿਆ? ਉਹਦਾ ਨਾਮ ਹੈਗਾ ਰਵੀ ਕੁਮਾਰ। ਰਵੀ ਕੁਮਾਰ ਉਹ ਵੀ ਪੁਲਿਸ ਹੈ? ਨਹੀਂ ਜੀ ਨਹੀਂ, ਉਹ ਪ੍ਰਾਈਵੇਟ ਜੋਬ ਕਰਦਾ। ਪ੍ਰਾਈਵੇਟ ਜੋਬ ਕਰਦਾ ਤੇ ਕਿੰਨੀ ਦੇਰ ਪਹਿਲਾਂ ਵਿਆਹ ਹੋਇਆ ਇਹਨਾਂ ਦਾ? ਲੋਕਡਾਊਨ ਪਹਿਲਾਂ ਵਿਆਹ 7-8 ਮਹੀਨੇ ਹੋਏ ਆ। ਅੱਛਾ, 7-8 ਮਹੀਨੇ ਪਹਿਲਾਂ ਵਿਆਹ ਹੋਇਆ। ਮਾਰਨ ਦਾ ਕਾਰਨ ਕੋਈ ਦੱਸਿਆ ਕਿਸੇ ਨੇ ਕਿ ਕਿਉਂ ਰੰਜਿਸ਼ ਕੀਤੀ? ਉਹ ਝਗੜਾ ਸੀ ਇਸ ਕੁੜੀ ਦੇ ਚੱਲਦਾ ਨਾ, ਕੁੜੀ ਦਾ ਕੁੜੀ ਨੂੰ ਮਾਰਦਾ ਕੁੱਟਦਾ, ਕੁੜੀ ਨੂੰ ਮਾਰਦਾ ਕੁੱਟਦਾ ਸੀਗਾ। ਐਤਰਾਜ ਕਰਦੇ ਕਿਉਂ ਮਾਰਦਾ ਕੁੜੀ ਨੂੰ ਤੇ ਕੁੜੀ ਆਪਣੇ ਪੇਕੇ ਘਰ ਵਾਪਸ ਆ ਗਈ ਸੀ ਤੇ ਉਹ ਕੋਰ ਕੇ ਚੱਲਦਾ। ਅੱਛਾ, ਜਵਾਈ ਇਹਨਾਂ ਦਾ ਮਾਰਦਾ ਜੀ ਆਪਣੀ ਗੁੜੀ ਤੇ ਗਿਆ ਸੀ ਉਸ ਕਰਕੇ ਇਹਨੇ ਮਾਰਦਾ। ਨਸ਼ੇ ਨਸ਼ਾ ਵਿਸ਼ਾ ਵੀ ਆਦੀ ਸੀਗਾ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਦਾ ਜੀ।